ਗਰਲਿਸ਼ ਇੱਕ ਹੁੰਦਾ ਨਾ ਜਾਲ ਦੇਸੀ, ਇਹ ਜਾਲ ਵੀ ਗਰਲਿਸ਼ ਹੈ, ਜਾਲ ਵੀ ਕੁੜੀਆਂ ਵਾਲਾ ਘੈਂਟ ਘੈਂਟ ਜਿਹਾ ਜਾਲ, ਸਮਾਰਟ ਜਾਲ ਆ। ਰੱਖ 2500 ਰੁਪਏ ਦੇ ਵਿੱਚ, ਨਾ ਕੋਈ ਹੋਲਸੇਲਰ ਅਤੇ ਨਾ ਕੋਈ ਮੈਨੂਫੈਕਚਰਰ ਸੁਖਣਾ ਨਹੀਂ ਲੈ ਸਕਦਾ ਸਾਡੇ ਪ੍ਰਾਈਜ਼ ਤੋਂ। ਪ੍ਰਾਈਜ਼ ਇੱਕ ਪਾਸੇ ਰਹਿ ਗਿਆ ਜੀ, ਸਾਡੀ ਕ੍ਰੀਏਸ਼ਨ ਹੀ ਵੱਖਰੀ ਹੈ, ਸਾਡੇ ਕਲਰ ਕੋਂਬੀਨੇਸ਼ਨ ਹੀ ਵੱਖਰੇ ਆ, ਤਾਂ ਹੀ ਤਾਂ ਵਰਲਡ ਦੇ ਵਿੱਚ ਫੇਮਸ ਆ ਸਾਡੇ ਕੋਂਬੀਨੇਸ਼ਨ। ਕੁਆਲਿਟੀ ਦੇਖਿਓ, ਇੱਕ ਇੱਕ ਫੁਲਾਰ ਦੀ ਐਕੋਰੇਸੀ ਨੋਟ ਕਰਿਓ। ਬੋਰਡਰ ਥੱਲੇ ਕਰ ਪਹਿਲਾਂ, ਬਿਜੂ ਆ ਧਿਆਨ ਵੀ ਦਿਆ ਕਰ ਮਾੜਾ ਮੋਟਾ। 2500 ਰੁਪਏ ਚੱਕ। ਗੁਰਵਿੰਦਰ ਜੰਡੂ ਜੀ, ਗੋਡ ਬਲੈਸ ਯੂ, ਦਿਲ ਤੋਂ ਧੰਨਵਾਦ ਤੁਹਾਡਾ, ਚੜ੍ਹਦੀ ਕਲਾ 'ਚ ਰੱਖੇ ਜੀ। ਪੂਨਮ ਰੋਜ ਜੀ, ਗੋਡ ਬਲੈਸ ਯੂ, ਧੰਨਵਾਦ ਜੀ। ਸ਼ੇਰ ਸਿੰਘ ਜੀ, ਨਹੀਂ ਕਰਦੇ ਕੈਸ਼ ਔਨ ਡਿਲੀਵਰੀ, ਨਹੀਂ ਕਰਦੇ, ਔਨਲਾਈਨ ਪੇਮੈਂਟ ਤੁਸੀਂ ਪਾਉਣੀ ਹੈ ਕਿਸੇ ਵੀ ਤਰੀਕੇ, ਗੂਗਲ ਪੇ, ਭੀਮ, ਕਿਸੇ ਤੁਸੀਂ ਲਿੰਕ 'ਤੇ ਪੇਮੈਂਟ, ਔਨਲਾਈਨ ਪੇਮੈਂਟ ਕਰਨੀ ਹੁੰਦੀ ਹੈ, ਕਿਸੇ ਵੀ ਟ੍ਰਾਂਸਫਰ ਬੈਂਕ ਟ੍ਰਾਂਸਫਰ ਕਰਨੀ ਹੈ, ਅਕਾਊਂਟ ਦੇ ਵਿੱਚ ਸਾਡੇ ਪਾਉਣੀ ਹੈ, ਔਨਲਾਈਨ ਪੇਮੈਂਟ ਸਿਰਫ। ਆ ਦੇਖੋ, 15,500 ਵਾਲਾ ਸੂਟ 4500 ਰੁਪਏ ਦੇ ਵਿੱਚ, 100% ਪਿਓਰ ਔਰਗੈਂਜ਼ਾ ਸ਼ਿਮਰ, ਜਿਹਦੇ ਉੱਤੇ ਹੈਂਡ ਐਮਬਰਾਇਡਰੀ ਪਰਲ, ਡਿਜ਼ਾਈਨਰ ਦਾ ਸੂਟ 15,000, 15,000 ਐਕਚੁਅਲ ਔਫਰ ਪ੍ਰਾਈਜ਼, 4,000 ਚੱਕ ਲਓ। ਵੰਸ਼ ਟਾਂਡਾ ਜੀ, ਗੋਡ ਬਲੈਸ ਯੂ, ਦਿਲ ਤੋਂ ਧੰਨਵਾਦ ਜੀ ਤੁਹਾਡਾ ਜੀ। ਲਓ, 15,500 ਸੀਗਾ, ਇਹਨੂੰ ਕਹਿੰਦੇ ਆ ਗਰਲਿਸ਼ ਐਮਬਰਾਇਡਰੀ, ਖੋਲਣਾ ਇਹਨੂੰ ਕਹਿੰਦੇ ਆ ਗਰਲਿਸ਼ ਡਿਸ਼ੀਨ, ਕਰੇਪ, ਸਿਲਕ, ਪਿਓਰ, ਆਹ ਸਲੀਵ, ਇੱਕ ਇੱਕ ਪਰਲ ਦੇ ਵਿੱਚ ਆਹ ਮਿਰਰ, 0 ਨੰਬਰ ਮਿਰਰ, ਪਲਾਸਟਿਕ ਦੇ ਪੱਤਿਆਂ ਨੂੰ ਮਿਰਰ ਕਹਿ ਦਿੰਦੇ ਆ, ਇਹ ਰੀਅਲ ਓਰਿਜਨਲ ਮਿਰਰ ਵਰਕ ਆ। ਦੇਖੋ ਹੁਣ ਇਹਦਾ ਆਹ ਦੇਖਿਓ ਦੁਪੱਟਾ, ਹੁਣ ਇਹ ਕਿਤੇ ਮਿਲ ਜੂਗਾ ਬਾਜ਼ਾਰਾਂ ਦੇ ਵਿੱਚ? ਇਹ ਨਹੀਂ ਮਿਲਣਾ, ਇਹ ਮਿਲਣਾ ਨਹੀਂ, ਕਿਉਂਕਿ ਆਹ 4D ਡਿਜੀਟਲ ਸਿਰਫ ਐਕਸਪੋਰਟ ਹੋ ਜਾਂਦੇ ਆ, ਇਹ ਸਟੋਰਾਂ 'ਤੇ ਪਹੁੰਚਦੇ ਹੀ ਨਹੀਂ, ਐਗਜ਼ੀਬਿਸ਼ਨਾਂ ਦੇ ਵਿੱਚ ਡਿਜ਼ਾਈਨਰਾਂ ਤੋਂ ਮਿਲਦੇ ਆ।